ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟਲ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਲਈ ਕਿਸ ਤਰ੍ਹਾਂ ਦੀ ਚੈੱਕਲਿਸਟ ਹੋਣੀ ਚਾਹੀਦੀ, ਯਾਨੀ ਕਿ ਕਿਹੜੇ ਕਿਹੜੇ ਪੇਪਰਾਂ ਦੀ ਜ਼ਰੂਰਤ ਪੈਂਦੀ ਹੈ ਆਪਾਂ ਨੂੰ ਟੂਰਿਸਟ ਵੀਜ਼ਾ ਆਸਟ੍ਰੇਲੀਆ ਅਪਲਾਈ ਕਰਨ ਲਈ। ਦੁਨੀਆ 'ਚ 4-5 ਹੀ ਮੁਲਕ ਨੇ ਜਿੱਥੇ ਜ਼ਿਆਦਾਤਰ ਲੋਕ ਟਰੈਵਲ ਕਰਨਾ ਚਾਹੁੰਦੇ ਨੇ, ਜ਼ਿਆਦਾਤਰ ਲੋਕ ਜਾਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਜੇ ਆਪਾਂ ਇਹਨਾਂ ਦੀ ਗੱਲ ਕਰੀਏ, ਇਹਦੇ ਵਿੱਚ ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ UK। ਆਸਟ੍ਰੇਲੀਆ ਦੀ ਆਪਾਂ ਖਾਸ ਕਰਕੇ ਗੱਲ ਕਰਦੇ ਹਾਂ, ਆਸਟ੍ਰੇਲੀਆ ਬਹੁਤ ਵਧੀਆ ਮੁਲਕ ਹੈ ਔਰ ਵੈਦਰ ਬਹੁਤ ਵਧੀਆ, ਇਕੁਅਲ ਟੂ ਇੰਡੀਆ ਵੈਦਰ ਹੈਗਾ। ਜਿਵੇਂ ਇੰਡੀਆ 'ਚ ਵੈਦਰ ਹੁੰਦਾ, ਇਵੇਂ ਹੀ ਆਸਟ੍ਰੇਲੀਆ 'ਚ ਵੈਦਰ ਹੈ। ਜੇ ਆਪਾਂ ਯੂਰਪ ਵਾਲੇ ਪਾਸੇ ਜਾਈਏ, ਹੋਰ ਅੱਗੇ ਕੈਨੇਡਾ, ਅਮੈਰੀਕਾ ਜਾਈਏ, ਇੱਥੇ ਜਿਹੜਾ ਵੈਦਰ ਹੈਗਾ ਬਹੁਤ ਠੰਡਾ ਹੁੰਦਾ, ਯਾਨੀ ਕਿ ਤੁਹਾਨੂੰ 5 ਜਾਂ 6 ਮਹੀਨੇ ਬਰਫ਼ ਦਾ ਸਾਹਮਣਾ ਕਰਨਾ ਪੈਂਦਾ ਅਤੇ 5 ਤੋਂ 6 ਮਹੀਨੇ ਸਹੀ ਮੌਸਮ ਹੁੰਦਾ ਹੈਗਾ। ਪਰ ਜੇ ਆਪਾਂ ਆਪਣੇ ਚੜ੍ਹਦੇ ਵਾਲੇ ਪਾਸੇ ਨੂੰ ਜਾਈਏ, ਹੈ ਨਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਾਲੇ ਪਾਸੇ ਨੂੰ, ਇੱਥੇ ਬਰਫ਼ ਨਹੀਂ ਪੈਂਦੀ। ਉਰੇ ਜਿਵੇਂ ਇੰਡੀਆ 'ਚ ਮੌਸਮ ਹੁੰਦਾ, 6 ਮਹੀਨੇ ਗਰਮੀ ਅਤੇ 6 ਮਹੀਨੇ ਸਰਦੀ, ਇਸੇ ਤਰ੍ਹਾਂ ਦਾ ਹੀ ਮੌਸਮ ਹੁੰਦਾ ਜਿੱਥੇ ਕੰਮ ਕਰਨਾ ਜ਼ਿਆਦਾ ਆਸਾਨ ਹੈਗਾ। ਕਿਉਂਕਿ ਜੇ ਆਪਾਂ ਕੈਨੇਡਾ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਤਾਂ 3-4 ਮਹੀਨੇ ਕੰਮ ਡਿਸਟਰਬ ਰਹਿੰਦਾ, ਯਾਨੀ ਕਿ ਜਿਹੜੇ ਆਊਟਡੋਰ ਵਰਕ ਨੇ ਉਹ 3-4 ਮਹੀਨੇ ਡਿਸਟਰਬ ਰਹਿੰਦੇ ਨੇ। ਪਰ ਆਸਟ੍ਰੇਲੀਆ ਇਸ ਤਰ੍ਹਾਂ ਦਾ, ਜਿਵੇਂ ਆਪਾਂ ਇੰਡੀਆ 'ਚ ਯੂਜ਼ ਟੂ ਹੈਗੇ, ਸੇਮ ਕੰਡੀਸ਼ਨ ਵੈਦਰ ਦੀ ਆਸਟ੍ਰੇਲੀਆ 'ਚ ਹੈ। ਔਰ ਦੂਜਾ ਹੈਗਾ ਕਿ ਪੇ ਰੇਟਸ ਜਿਹੜੇ ਉਹ ਜ਼ਿਆਦਾ ਨੇ ਕੈਨੇਡਾ ਅਮੈਰੀਕਾ ਨਾਲੋਂ। ਆਸਟ੍ਰੇਲੀਆ 'ਚ ਤੁਸੀਂ ਜ਼ਿਆਦਾ ਪੈਸੇ ਕਮਾ ਰਹੇ ਹੋ, ਤੁਹਾਨੂੰ ਜ਼ਿਆਦਾ ਪੇ ਮਿਲਦੀ ਹੈਗੀ ਹੈ, ਤੁਹਾਨੂੰ ਡਾਲਰ ਜ਼ਿਆਦਾ ਮਿਲਦੇ ਹੈਗੇ ਨੇ, ਤੁਸੀਂ ਜ਼ਿਆਦਾ ਕਮਾ ਲੈਂਦੇ ਹੋ। ਸੋ ਇਸ ਕਰਕੇ ਜ਼ਿਆਦਾਤਰ ਲੋਕਾਂ ਦਾ ਇਹ ਰੁਝਾਨ ਹੈ ਕਿ ਅਸੀਂ ਆਸਟ੍ਰੇਲੀਆ ਜਾਈਏ ਜਾਂ ਨਿਊਜ਼ੀਲੈਂਡ ਜਾਈਏ। ਸੋ ਜਦੋਂ ਆਪਾਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਦੇ ਹਾਂ, ਆਪਾਂ ਨੂੰ ਕਿਹੜੇ ਕਿਹੜੇ ਪੇਪਰਾਂ ਦੀ ਜ਼ਰੂਰਤ ਹੁੰਦੀ ਹੈਗੀ ਹੈ? ਕਿਸੇ ਵੀ ਕੰਟਰੀ ਦਾ, ਕਿਸੇ ਵੱਡੇ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਲਈ ਲਗਭਗ ਸਾਨੂੰ ਇੱਕੋ ਹੀ ਤਰ੍ਹਾਂ ਦੇ ਪੇਪਰਾਂ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਹੁੰਦਾ ਹੈ ਤੁਹਾਡੀ ਇਨਕਮ ਦਾ ਪਰੂਫ, ਤੁਸੀਂ ਕੰਮ ਕੀ ਕਰਦੇ ਹੋ, ਹੈਂ, ਯਾਨੀ ਕਿ ਕੰਮ ਕੀ ਕਰਦੇ ਹੋ, ਇਨਕਮ ਕਿੱਥੋਂ ਆਉਂਦੀ ਹੈ, ਉਸ ਚੀਜ਼ ਦਾ ਪਰੂਫ। ਜੇ ਬਿਜ਼ਨਸ ਕਰਦੇ ਹੋ, ਬਿਜ਼ਨਸ ਰਜਿਸਟ੍ਰੇਸ਼ਨ ਦੇ ਦਿਓ। ਜੇ ਜੋਬ ਕਰਦੇ ਹੋ, ਜੁਆਇਨਿੰਗ ਲੈਟਰ ਦੇ ਦਿਓ। ਜੇ ਖੇਤੀਬਾੜੀ ਕਰਦੇ ਹੋ, ਜੇ ਫਾਰਮ ਦੇ ਦਿਓ। ਜੇ ਕਿਤੇ ਬਾਹਰ ਕੰਮ ਕਰ ਰਹੇ ਹੋ ਤਾਂ ਕੰਟਰੈਕਟ ਲੈਟਰ ਦੇ ਸਕਦੇ ਹੋ। ਦੂਜਾ ਹੈਗਾ ਇਨਕਮ ਕਿੰਨੀ ਹੈ, ਇਹ ਕਿਵੇਂ ਸਰਟੀਫਾਈ ਹੋਵੇ। ਸੋ ਜੇਕਰ ਤੁਸੀਂ ਜੋਬ ਜਾਂ ਬਿਜ਼ਨਸ ਕਰਦੇ ਹੋ, ITR ਦੇ ਦਿਓ। ਜੇ ਤੁਸੀਂ ਖੇਤੀ ਕਰਦੇ ਹੋ ਤਾਂ ਜੇ ਫਾਰਮ ਚੱਲ ਜਾਣਗੇ। ਜੇ ਤੁਸੀਂ ਆਊਟ ਆਫ ਕੰਟਰੀ ਹੋ ਤਾਂ ਤੁਹਾਡੀ ਬੈਂਕ ਦੀ ਸਟੇਟਮੈਂਟ, ਜਿੱਥੇ ਸੈਲਰੀ ਆ ਰਹੀ ਹੈ ਜਾਂ ਜੋ ਤੁਹਾਡਾ ਟੈਕਸ ਡਾਇਰੈਕਟ ਹੁੰਦਾ, ਉਹਦੀ ਤੁਸੀਂ ਕਾਪੀ ਦੇ ਸਕਦੇ ਹੋ। ਤੀਜਾ, ਤੁਹਾਡੀ ਪ੍ਰੋਪਰਟੀ ਦੀ ਵੈਲਿਊਏਸ਼ਨ, ਇੰਡੀਆ 'ਚ ਤੁਹਾਡੇ ਕੋਲ ਜੋ ਪ੍ਰੋਪਰਟੀ ਹੈ ਉਹਦੀ ਤੁਸੀਂ ਵੈਲਿਊਏਸ਼ਨ ਦੇ ਸਕਦੇ ਹੋ। ਫਿਰ ਤੁਹਾਡੀ ਫੈਮਿਲੀ ਦੀ ਡਿਟੇਲ, ਠੀਕ ਹੈ ਜੀ। ਫਿਰ ਤੁਹਾਡਾ ਲੀਵ ਲੈਟਰ, ਜੇ ਜੋਬ ਕਰਦੇ ਹੋ ਲੀਵ ਲੈਟਰ। ਜੇ ਬਿਜ਼ਨਸ ਕਰਦੇ ਹੋ, ਕੁਛ ਹੋਰ ਡਾਕੂਮੈਂਟ ਤੁਸੀਂ ਬਿਜ਼ਨਸ ਦੇ ਸਕਦੇ ਹੈਗੇ ਹੋ। ਤੁਹਾਡੇ ਪਾਸਪੋਰਟ ਦੀ ਕਾਪੀ, ਫੋਟੋ ਅਤੇ ਫੈਮਿਲੀ ਦੀ ਡਿਟੇਲ। ਸੋ ਇਹ ਸਾਰੇ ਪੇਪਰ ਨੇ ਜਿਹੜੇ ਦੇ ਕੇ ਤੁਸੀਂ ਆਸਟ੍ਰੇਲੀਆ ਦਾ ਜਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੈਗੇ ਹੋ। ਦੋਸਤੋ, ਆਸਟ੍ਰੇਲੀਆ ਦਾ ਜਿਹੜਾ ਸਕਸੈਸ ਰੇਟ ਹੈ ਉਹ ਹੋਰਾਂ ਨਾਲੋਂ ਘੱਟ ਹੈਗਾ, ਹੈ ਨਾ। ਜੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਨਿਊਜ਼ੀਲੈਂਡ ਇਸ ਟਾਈਮ ਮੋਰ ਦੈਨ 90% ਵੀਜ਼ਾ ਆ ਰਿਹਾ ਹੈਗਾ, ਬਟ ਆਸਟ੍ਰੇਲੀਆ ਉਸ ਮੁਕਾਬਲੇ ਸਕਸੈਸ ਰੇਟ ਨਹੀਂ ਦੇ ਰਿਹਾ। ਆਸਟ੍ਰੇਲੀਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਹੀ ਵੀਜ਼ਾ ਦੇ ਰਿਹਾ ਹੈਗਾ ਜਿਨ੍ਹਾਂ ਦੇ ਉੱਥੇ ਫੈਮਿਲੀ ਟਾਈਜ ਨੇ, ਜਿਨ੍ਹਾਂ ਦੇ ਬੱਚੇ ਨੇ, ਸਿਸਟਰ ਹੈ, ਬ੍ਰਦਰ ਹੈ, ਜਾਂ ਜਿਹੜੇ ਲੋਕ ਆਲਰੇਡੀ ਹੋਰ ਬਹੁਤ ਵੱਡੇ ਅੱਛੇ ਕੰਟਰੀ ਟਰੈਵਲ ਕਰ ਚੁੱਕੇ ਨੇ, ਜਿਹਨਾਂ ਦੀ ਟਰੈਵਲ ਹਿਸਟਰੀ ਵਧੀਆ ਹੈਗੀ ਹੈ। ਇਸ ਵਿੱਚ ਮੈਂ ਇੱਕ ਚੀਜ਼ ਹੋਰ ਜੋੜਨੀ ਚਾਹਾਂਗਾ, ਬੇਸ਼ੱਕ ਆਸਟ੍ਰੇਲੀਆ ਦਾ ਜਿਹੜਾ ਸਕਸੈਸ ਰੇਟ ਉਹ ਘੱਟ ਹੈ, ਪਰ ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੈ, ਪ੍ਰੋਫਾਈਲ ਨੂੰ ਆਸਟ੍ਰੇਲੀਆ ਹਮੇਸ਼ਾ ਤਰਜੀਹ ਦਿੰਦਾ ਹੈ। ਜੇ ਤੁਹਾਡੇ ਕੋਲ ਇਨਕਮ ਦਾ ਸਰੋਤ ਵਧੀਆ ਹੈ, ਤੁਹਾਡੇ ਕੋਲ ਇਨਕਮ ਅੱਛੀ ਹੈ, ਬੈਂਕ ਸਟੇਟਮੈਂਟ ਅੱਛੀ ਹੈ, ਫੰਡ ਚੰਗੇ ਹੈਗੇ ਨੇ, ਫਿਰ ਤੁਸੀਂ ਫਾਈਲ ਲਾ ਸਕਦੇ ਹੋ, ਫਿਰ ਵੀਜ਼ਾ ਜਿਹੜਾ ਹੈਗਾ ਉਹ ਨਿਕਲ ਸਕਦਾ ਹੈ। ਕਿਉਂਕਿ ਆਸਟ੍ਰੇਲੀਆ ਜਿਹੜਾ ਹੈਗਾ ਪ੍ਰੋਫਾਈਲ ਨੂੰ ਸ਼ੁਰੂ ਤੋਂ ਹੀ ਤਰਜੀਹ ਦਿੰਦਾ ਹੈ। ਜੇ ਪ੍ਰੋਫਾਈਲ ਅੱਛੀ ਹੈ ਤਾਂ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਇਸ ਤਰ੍ਹਾਂ ਦਾ ਟ੍ਰੈਂਡ ਹੈਗਾ। ਪ੍ਰੋਸੈਸਿੰਗ ਟਾਈਮ ਦੀ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹੈਗੇ ਹਾਂ, 25 ਤੋਂ 40 ਦਿਨਾਂ ਦਾ ਸਮਾਂ ਲੱਗਦਾ ਹੈਗਾ ਆਸਟ੍ਰੇਲੀਆ ਨੂੰ। ਸੋ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਜੇ ਤੁਸੀਂ ਕੋਈ ਪਲਾਨ ਕੀਤਾ, ਤੁਸੀਂ ਰਿਜ਼ਲਟ ਦੀ ਵੇਟ ਕਰ ਰਹੇ ਹੋ, ਤਾਂ ਤੁਸੀਂ 25 ਤੋਂ 40 ਦਿਨ ਮੰਨ ਕੇ ਚੱਲਿਓ। 25 ਤੋਂ 40 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਮਿਲ ਜਾਂਦਾ ਹੈ। ਇਹਦੇ ਵਿੱਚ ਇੱਕ ਹੋਰ ਕੈਟਾਗਰੀ ਹੁੰਦੀ ਹੈ ਜਿਹਨੂੰ ਆਪਾਂ ਪ੍ਰਾਇਓਰਟੀ ਬੇਸ ਕਹਿੰਦੇ ਹੈਗੇ ਹਾਂ। ਇਹਦੀ ਫੀਸ ਅਲੱਗ ਹੁੰਦੀ ਹੈ। ਨੋਰਮਲ ਫੀਸ ਜਿਹੜੀ ਹੈਗੀ 8.5 ਹਜ਼ਾਰ ਹੈ ਆਸਟ੍ਰੇਲੀਆ ਦੀ, ਬਟ ਜਿਹੜੀ ਪ੍ਰਾਇਓਰਟੀ ਬੇਸ ਹੈ, ਐਮਰਜੈਂਸੀ ਬੇਸ ਹੈ, ਉਹ ਲਗਭਗ 60 ਹਜ਼ਾਰ ਹੈ, ਯਾਨੀ ਕਿ $1,000। ਤੁਸੀਂ ਜੇਕਰ ਬਹੁਤ ਜਲਦੀ ਰਿਜ਼ਲਟ ਲੈਣਾ ਚਾਹੁੰਦੇ ਹੋ, ਜੇਕਰ ਤੁਹਾਡਾ ਕੋਈ ਪਰਪਸ ਹੈ, ਤੁਹਾਡਾ ਰੀਜ਼ਨ ਹੈ ਵੀ ਤੁਸੀਂ ਉੱਥੇ ਜਲਦੀ ਪਹੁੰਚਣਾ, ਤਾਂ ਤੁਸੀਂ ਐਕਸਟਰਾ ਪੇ ਕਰਕੇ, ਯਾਨੀ ਕਿ $1,000 ਆਸਟ੍ਰੇਲੀਅਨ ਪੇ ਕਰਕੇ, ਤੁਸੀਂ ਵਿਦਇਨ 24 to 36 ਆਰ ਦੇ ਵਿੱਚ ਵੀ ਵੀਜ਼ਾ ਲੈ ਸਕਦੇ ਹੋ। ਬਟ ਆਸਟ੍ਰੇਲੀਆ ਦੇ ਵਿੱਚ ਦੋਸਤੋ, ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਉੱਥੇ ਜਾ ਕੇ ਤੁਸੀਂ ਵਰਕ ਕਨਵਰਟ ਨਹੀਂ ਕਰ ਸਕਦੇ ਟੂਰਿਸਟ ਨੂੰ, ਉੱਥੇ ਜਾ ਕੇ ਤੁਸੀਂ ਸਟੱਡੀ 'ਚ ਕਨਵਰਟ ਕਰ ਸਕਦੇ ਹੈਗੇ ਹੋ। ਸੋ ਇਸ ਕਰਕੇ ਜਿਹੜੇ ਮੇਰੇ ਵੀਰ ਭੈਣ ਭਰਾ ਇਹ ਸੋਚ ਕੇ ਚੱਲੇ ਨੇ ਕਿ ਅਸੀਂ ਇੱਥੇ ਸੈਟਲ ਹੋਣਾ ਹੈਗਾ,
ਹੈਗਾ ਅਸੀਂ ਟੂਰਿਸਟ ਵੀਜ਼ੇ ਤੇ ਜਾ ਕੇ ਸੈਟਲ ਕਿਵੇਂ ਹੋ ਹੋਣਾ ਜਾਂ ਹੋ ਸਕਦੇ ਹੈਗੇ ਤਾਂ ਉਹ ਲੋਕ ਸਟੱਡੀ ਦੇ ਵਿੱਚ ਕਨਵਰਟ ਕਰ ਸਕਦੇ ਹੈ। ਟੂਰਿਸਟ ਵੀਜ਼ੇ ਨੂੰ ਸਟੱਡੀ 'ਚ ਕਨਵਰਟ ਕਰਨ ਦਾ ਸਕਸੈਸ ਰੇਟ ਆਸਟ੍ਰੇਲੀਆ ਦੇ ਵਿੱਚ ਅੱਛਾ ਹੈ। ਸੋ ਦੋਸਤੋ, ਹੋਰ ਕਿਸ ਤਰ੍ਹਾਂ ਦੀ ਕੋਈ ਅਪਡੇਟ ਚਾਹੀਦੀ ਹੈ, ਹੋਰ ਤੁਹਾਨੂੰ ਕੋਈ ਜਾਣਕਾਰੀ ਆਸਟ੍ਰੇਲੀਆ ਲੈ ਕੇ ਚਾਹੀਦੀ ਹੈ, ਤੁਸੀਂ ਸਾਨੂੰ ਕਿਸੇ ਵੀ ਟਾਈਮ ਸਕਰੀਨ ਦੇ ਉੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਜੇਕਰ ਵੀਡੀਓ ਅੱਛੀ ਲੱਗੀ ਹੈ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਅੱਗੇ ਵੀਡੀਓ ਪਹੁੰਚ ਸਕੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।